ਗੱਲ ਇਦਾਂ ਵਾ ਵੀ ਪਹਿਲਾਂ ਪਵਿੱਤਰ ਸਾਡੇ ਨਾਲ ਹੀ ਤੇ ਜਦੋਂ ਅਸੀਂ ਕਿਤੇ ਜਾਂਦੇ ਹੁੰਦੇ ਹਾਂ ਨਾ ਘੁੰਮਣ ਤੇ ਜੇ ਕੋਈ ਵਿਚਾਰਾ ਕੋਈ 20-25 ਸਾਲ ਦਾ ਮੁੰਡਾ ਕੋਈ ਤੇ ਬੈਠਾ ਹੁੰਦਾ ਦੁਕਾਨ ਤੇ ਤੇ ਇਹਨਾਂ ਜਾ ਕੇ ਕਹਿਣਾ ਅੰਕਲ ਜੀ ਤੇ ਅਸੀਂ ਇਹਨਾਂ ਨੂੰ ਕਹਿਣਾ ਵੀ ਇਦਾਂ ਨਾ ਗਿਆ ਕਰੋ ਵੀ ਉਹ ਮੁੰਡਾ ਜਵਾਨ ਜਹਾਣੀ ਹੈ ਜੇ ਤਾਂ ਹਾਰ ਪ੍ਰਵਾਨ ਸਾਡਾ ਤੇ ਤੁਸੀਂ ਅੰਕਲ ਜੀ ਕਹਿਣ ਦੇ ਤੇ ਇਹ ਮੰਨਦੇ ਨਹੀਂ ਰਹੇ ਵੀ ਮੈਂ ਬੁੱਢਾ ਨਹੀਂ ਗਾ ਤੇ ਅੱਜ ਆਹ ਫੜੋ ਖੁੰਡੀ ਤੇ ਤੁਹਾਡਾ ਸੀਨ ਵੀ ਇਹੋ ਜਿਹਾ ਹੀ ਵੀ ਦੇਖੋ ਮੇਰੀ ਗੱਲ ਸੁਣੋ ਸਾਰੇ ਭੈਣ ਭਰਾ ਇੱਕ ਫੈਸਲਾ ਤੁਸੀਂ ਕਰਿਓ ਫੈਸਲਾ ਤੁਹਾਡੇ ਹੱਥ 'ਚ ਆ ਤੁਹਾਡੇ ਹੱਥ 'ਚ ਵਾ ਮਤਲਬ ਇਹ ਆ ਵੀ ਵੇਖੋ ਮੇਰੀ ਉਮਰ ਜਿਹੜੀ ਆ ਨਾ 48 ਆ 48 ਈਅਰ ਹੋ ਗਈ ਤੇ ਜਿਹੜਾ ਬੰਦਾ 70 ਸਾਲ ਦਾ ਜਾਂ 75 ਸਾਲ ਦਾ ਵਾ ਉਹਨੂੰ ਤਾਂ ਮੈਂ ਅੰਕਲ ਜੀ ਕਹਿ ਸਕਦਾ ਨਾ ਜਦੋਂ ਮੈਂ 70 ਸਾਲ ਦੇ ਕਿਸੇ ਬੰਦੇ ਨੂੰ ਅੰਕਲ ਜੀ ਕਹਿੰਦਾ ਨਾ ਇਹ ਦੋਵੇਂ ਤੜਪੈਂਦੇ ਹੁੰਦੇ ਵੀ ਤੜਪੈਂਦੇ ਇਹਦੇ ਪਵਿੱਤਰ ਵੀ ਹੁਣ ਮੈਨੂੰ ਤੁਸੀਂ ਇਹ ਦੱਸੋ ਆਹ ਗੱਲ ਇਹ ਝੂਠੀ ਕਹੀ ਆ ਵੀ 25 ਸਾਲ ਦੇ ਬੰਦੇ ਨੂੰ ਮੈਂ 25 ਸਾਲ ਦੇ ਨੂੰ ਕਦੀ ਨਹੀਂ ਗਿਆ ਇੱਥੋਂ ਤੱਕ ਕਿ ਮੈਂ 30 ਸਾਲ ਦੇ ਨੂੰ ਵੀ ਆਪਣਾ ਨਾ 35 ਸਾਲ ਦੇ ਨੂੰ ਵੀ ਆਪਣਾ ਬੇਟਾ ਲੈ ਕੇ ਚੱਲਦਾ ਅਜੇ ਕਿ ਮੈਂ ਜੇ ਮੇਰੀ 48 ਆ ਤੇ 35 ਸਾਲ ਦੇ ਨੂੰ ਜੇ ਮੈਂ ਕਿਸੇ ਨੂੰ ਬੇਟਾ ਕਵਾਂ ਤੇ ਉਹ ਮੇਰਾ ਬੇਟਾ ਨਹੀਂ ਬਣ ਸਕਦਾ ਕਿਉਂਕਿ 13 ਸਾਲ ਦੀ ਉਮਰ ਮਤਲਬ ਭਾਜੀ ਕਹਿੰਦੇ ਮੈਂ ਦਲੀਲ ਨਾਲ ਝੂਠਿਆ ਕਰੂੰਗਾ ਭਾਜੀ ਕਹਿੰਦੇ ਅੱਛਾ ਤੇ ਜੇ ਕੋਈ 30 ਸਾਲ ਦਾ ਹੋਏ ਜਾਂ 28 ਸਾਲ ਦਾ ਚਲੋ ਉਹਨੂੰ ਆਪਾਂ ਕਹਿ ਸਕਦੇ ਹਾਂ ਕਿ ਮੈਂ 18 ਸਾਲ ਦਾ ਛੋਟੀ ਉਮਰ 'ਤੇ ਘਰਦਿਆਂ ਮੇਰਾ ਵਿਆਹ ਕਰਤਾ ਹੋਊਗਾ ਹਨਾ ਤੇ ਯਾਰ ਆਹ ਤੇ ਤੁਸੀਂ ਧੱਕਾ ਹੀ ਕਰਦੇ ਹੋ ਨਹੀਂ ਧੱਕੇ ਵਾਲੀ ਨਹੀਂ ਕਰਦੇ ਇਹ ਭਾਜੀ ਸੱਚ ਵਾ ਇਹ ਹੁਣ ਆਹ ਵੇਖੋ ਪਰ ਉਹਦਾ ਹੁਣ ਚਲੋ ਉਹ ਤੇ ਗੱਲ ਠੀਕ ਹੋਈ ਸਾਰੀ ਤੇ ਹੁਣ ਤੇ ਬੁੱਢੇ ਬਣੋ ਫਿਰ ਪਤਾ ਲੱਗੇ ਕਿੱਦਾਂ ਦੀ ਫੀਲਿੰਗ ਆਉਂਦੀ ਤੁਹਾਨੂੰ ਮਤਲਬ ਜੇ ਮੈਂ ਉਹਨਾਂ ਬੁੱਢਾ ਨਹੀਂ ਹੈਗਾ ਜਿੰਨਾ ਤੁਸੀਂ ਸਮਝਦੇ ਪਰ ਫਿਰ ਵੀ ਮੈਂ ਤੁਹਾਨੂੰ ਉਦੋਂ ਦੱਸਦਾ ਕਿ ਬੁੱਢੇ ਬਾਰੇ ਕਿੱਦਾਂ ਦੀ ਪੋਜੀਸ਼ਨ ਹੋਣੀ ਆ ਹਨਾ ਮੈਂ ਉਹਨਾਂ ਇੱਕ ਮਿੰਟ ਹੁਣ ਬੁੱਢਾ ਬਣ ਗਿਆ ਆ ਵੇਖੋ ਐਨ ਕੰਮ ਲਾ ਲਗਾ ਤੇ ਵੈਸੇ ਮੇਰੀ ਨਜ਼ਰ ਥੋੜੀ ਆ ਖੁੰਡੀ ਵੀ ਲੈ ਲਈ ਖੁੰਡੀ ਖੁੰਡੀ ਪੜ ਗਈ ਹੈ ਮਤਲਬ ਹਨਾ ਹੋਰ ਦੋਵਾਂ ਸਾਲ ਨੂੰ ਉਦਾਂ ਲੋੜ ਹੈ ਹੁਣ ਮੈਂ ਲੱਗਾ ਇਧਰੋਂ ਇਧਰੋਂ ਲਗਾ ਹੁਣ ਮੈਂ ਦੱਸਾਂ ਕਿ ਚਲੋ ਚੰਗੀ ਤਰ੍ਹਾਂ ਬੁੱਢੇ ਹੋ ਗਏ ਤੇ ਫਿਰ ਇਦਾਂ ਕਰਨਾ ਓ ਪੁੱਤ ਜੋਬਨ ਓ ਕਿੱਥੇ ਆ ਓਏ ਓਏ ਇੱਥੋਂ ਮੇਰੀ ਬੀਪੀ ਦੀ ਗੋਲੀ ਦੇ ਦੀ ਮੈਨੂੰ ਨਾਲੇ ਏਦਾਂ ਕਰੀ ਉਹ ਜੋਤ ਨੂੰ ਕਹੀ ਮੈਨੂੰ ਇੱਕ ਪਾਣੀ ਦਾ ਗਲਾਸ ਵੀ ਗਰਮ ਕਰਕੇ ਦੇ ਦੇ ਉਦੋਂ ਵੀ ਤੁਸੀਂ ਆ ਗਏ ਕਿ ਉਹ ਜੋਬਨ ਭਾਜੀ ਕਰਨਾ ਕੀ ਆ ਇੱਕ ਤੇ ਮਾਰ ਲਿਆ ਬਿਮਾਰੀਆਂ ਨੇ ਆ ਗਰਕ ਜਾਣੀ ਸ਼ੂਗਰ ਹੀ ਨਹੀਂ ਗਲੋਂ ਲੱਸਦੀ ਸਾਰੇ ਕਹਿੰਦੇ ਆ ਤੂੰ ਵਿਆਹ 'ਚ ਨਹੀਂ ਆਇਆ ਉਹ ਵਿਆਹ ਸੀ ਨਾ ਉਹਨਾਂ ਦੀ ਕੁੜੀ ਦਾ ਪਾਰ ਵਾਲਿਆਂ ਦੀ ਤੇ ਮੈਨੂੰ ਕਹਿੰਦੇ ਬਾਪੂ ਤੂੰ ਨਹੀਂ ਆਇਆ ਨਾਲੇ ਬੁੱਢਿਆਂ ਨੂੰ ਕੌਣ ਲੈ ਕੇ ਜਾਂਦਾ ਜੇ ਤੈਨੂੰ ਕਹੀਏ ਤੂੰ ਵੀ ਬਹੁਤ ਖਿੱਚ ਪੈਂਦਾ ਗੱਡੀ ਦੀ ਮਗਲੀ ਸੀਟ ਵਿਹਲੀ ਹੁੰਦੀ ਆ ਤੇ ਕੋਈ ਲੈ ਕੇ ਤੇ ਜਾਂਦਾ ਨਹੀਂ ਹੁਣ ਘਰ ਹੀ ਠੀਕ ਆ ਪੁੱਤ ਕੀ ਲੋੜ ਆ ਨਾਲੇ ਅਸੀਂ ਆਪਣੀਆਂ ਜ਼ਿੰਮੇਵਾਰੀਆਂ ਚਲੋ 3, 2, and 1 ਮੇਰੀ ਗੱਲ ਸੁਣਾ ਪਾਣੀ ਜਿਵੇਂ ਪੀ ਲੈਣਾ ਵਾ ਤੇ ਚਾਹ ਲੈ ਕੇ ਤੇ ਵੇਲੀ ਆ ਜੀ ਮਿਲਗੀ ਤਾਂ ਗਾਣਾ ਨਾ ਮੜਾ ਜਾ ਪੱਠੇ ਤੇ ਪਾ ਦੇ ਹੋਣੇ ਪੰਜਾਬ ਦਾ ਉਹ ਆ ਜੀ ਹਾਂ ਤੇ ਚਾਹ ਲੈ ਕੇ ਤੁਸੀਂ ਗੱਲਬਾਤ ਕਰ ਲਾਂਗੇ ਨਾਲੇ ਚਾ ਪੀਏ ਫਿਰ ਪਾਣੀ ਮੜਾ ਮੁੱਲੀ ਆਇਆ ਚਾਹ ਲੈ ਕੇ ਹੁਣ ਆ ਜਾਓ ਭਾਵੇਂ ਸਭ ਕੁਝ ਮਿੱਟੀ ਹੋ ਗਿਆ ਸਾਡੀ ਗਲਤੀ ਕਰਕੇ ਤੇ ਤੁਸੀਂ ਭਾਬੀ ਜਾਣ ਕੇ ਨਾ ਕੀ ਦੇ ਸੋਚਾ ਕੱਪ ਲਿਆਂਦਾ ਨਾ ਹਾਂਜੀ ਕੱਪ ਟ੍ਰੇ ਲਿਆਂਦੀ ਆ ਆਪੇ ਮੈਂ ਤੁਹਾਨੂੰ ਪੁੱਛਿਆ ਜਦੋਂ ਸਾਡੀ ਗਲਤੀ ਕਰਕੇ ਕਹਿਣਗੇ ਤੇ ਇਹਨੇ ਬੋਲਣਾ ਮੁੜ ਕੇ ਕੀ ਦੇ ਜੇ ਸੋਚਣਾ ਇੱਥੇ ਸੋਚਣਾ ਕੀ ਆ ਆਹੋ ਹੀ ਜੋ ਕੁ ਹੋਇਆ ਘਰ ਚ 3, 2, 1 ਸਭ ਕੁਝ ਖਤਮ ਹੋ ਗਿਆ ਜਿਹੜੇ ਤੁਹਾਡੀ ਗਲਤੀ ਕਰਕੇ
ਸੋਚਣਾ ਕੀ ਆ ਯਾਰ ਇਹੋ ਹੀ ਜੋ ਘਰ ਚ ਚੱਲਣ ਡਿਆ ਕੋਈ ਕੰਮ ਪਤਾ ਕੀ ਕਰਨਾ ਵਾ ਪਹਿਲਾਂ ਮੈਂ ਇਹਨੂੰ ਹਿਲਾਇਆ ਪੈ ਗਿਆ ਜਦੋਂ ਮੈਂ ਚੁੱਕਿਆ ਨੀ ਕੰਮ करके उस वे हाथ उठे होना कौन यार एह सोच डिया कुड़ी बारे चल टवला वज गया